ਰੱਬ ਦੇ ਦੁਆਰੇ ਦੇਰ ਜਰੂਰ ਹੈ ਅੰਧੇਰ ਨਹੀਂ ਹੁੰਦੀ ਇਹ ਅੱਜ ਸੱਚ ਸਾਬਤ ਹੋਇਆ ਹੈ ਤੇ ਸਾਡੇ ਚੈਨਲ ਤੇ ਪਿਛਲੇ ਦਿਨੀਆਂ ਜੋ ਵੀਡੀਓ ਜਿਹੜੀ ਚਲਾਈ ਜਾਂਦੀ ਹੈ ਜਿਸ ਭੈਣ ਨੇ ਰੋ ਰੋ ਕੇ ਫਰਿਆਦ ਕੀਤੀ ਸੀ ਉਹਦਾ ਜਿਹੜਾ ਆਸਿਆਣਾ ਜਿੱਥੇ ਉਹ ਰਹਿੰਦੀ ਹੈ ਉਹ ਟੁੱਟਾ ਹੋਇਆ ਸੀ ਬਾਲੇ ਜਿਹੜੇ ਸੀ ਟੁੱਟੇ ਸੀ ਬਰਸਾਤ ਦਾ ਡਰ ਸੀ ਮੀਂਹ ਆਉਂਦਾ ਸੀ ਹਨੇਰੀ ਆਉਂਦਾ ਸੀ ਤਾਂ ਡਰਦੇ ਹੋਏ ਅੰਦਰ ਸੌਂਦੇ ਵੀ ਨਹੀਂ ਸੀ ਪਰ ਰੱਬ ਨੇ ਸੁਣੀ ਤੇ ਰੱਬ ਜਿਹੇ ਫਰਿਸ਼ਤੇ ਭੇਜ ਦਿੱਤੇ ਅੱਜ ਸਮਾਸੇਵੀ ਵੀਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇਸ ਭੈਣ ਦੀ ਮਦਦ ਵਾਸਤੇ ਅਤੇ ਤੇਲ ਫੋਲ ਸਾਰਿਆਂ ਨੇ ਆਪਣੀ ਜਿਹੜਾ ਹਿੱਸਾ ਭਾਰ ਰਹੇ ਨੇ ਕਿਉਂਕਿ ਅੱਜ ਵੀ ਬਾਰਿਸ਼ ਹੋ ਰਹੀ ਹੈ ਤੇ ਅੱਜ ਵੀ ਸਾਡੀ ਭੈਣ ਜਿਹੜੀ ਹੈ ਬਾਹਰ ਦਰਵਾਜ਼ੇ ਤੇ ਬੈਠੀ ਹੋਈ ਸੀ ਤੇ ਸਮਾਜ ਸੇਵੀ ਵੀਰਾਂ ਨੇ ਜਿਹੜੀ ਹੈ ਅੱਜ ਇੰਤਜ਼ਾਰ ਨਹੀਂ ਕੀਤਾ ਜੇ بارش ਤੋਂ ਬਾਅਦ ਚੱਲੀ ਹੋਏ ਵਿੱਚ ਇੱਥੇ ਤਾਈ ਪਹੁੰਚੇ ਹੋਏ ਨੇ ਕਿਉਂਕਿ ਉਹਨਾਂ ਨੂੰ ਵੀ ਸੀ ਕਿ ਭੈਣ ਜਿਹੜੀ ਹੈ ਬਾਲੇ ਦੇ ਜਿਹੜੇ ਨੇ ਜਦੀ ਵੀ ਜਿਹੜੇ ਥੱਲੇ ਆ ਜਾਣ ਤਾਂ ਵੱਡਾ ਹਾਸਾ ਹੋਣ ਦਾ ਜਿਹੜਾ ਸੁਭਾਅਮਨਾ ਸੀ ਪਰ ਸਮਾਸੇ ਵੀ ਵੀਰਾਂ ਨੇ ਰੱਬ ਜੇ ਫਰਿਸ਼ਤੇ ਬਣ ਕੇ ਇੱਥੇ ਪਹੁੰਚੇ ਹੋਏ ਨੇ ਜਸਤ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਹਰਸਮਿਰਤ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਸਰ ਥੈਂਕ ਯੂ ਤੇ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਜੀ ਜਿਹੜੇ ਇਸ ਪਰਿਵਾਰ ਦੀ ਮਦਦ ਵਾਸਤੇ ਆਏ ਹੋ ਕਿਵੇਂ ਪਤਾ ਚੱਲਿਆ ਸਾਡੇ ਚੈਨਲ ਦੇ ਇੱਕ ਵੀਡੀਓ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਉਂ ਭਾਜੀ ਜੇ ਅਗਰ ਆਪ ਨਾ ਹੁੰਤੇ ਤਾਂ ਹਮ ਨਾ ਹੁੰਤੇ ਮੈਂ ਤਾਂ ਇੱਕੋ ਗੱਲ ਕਵਾਂਗਾ ਸਮਾਜ ਸੇਵੀ ਜਿਹੜੇ ਨੇ ਉਹ ਸਰਵਾਈਵ ਹੀ ਮੀਡੀਆ ਦੇ ਸਿਰ ਤੇ ਕਰਦੇ ਨੇ ਕਿਉਂਕਿ ਮੀਡੀਆ ਤੋਂ ਪਤਾ ਲੱਗਦਾ ਐਕਚੁਅਲ ਲੋੜਵੰਦ ਕੌਣ ਆ ਔਰ ਐਕਚੁਅਲ ਲੋੜਵੰਦ ਤੱਕ ਜਦੋਂ ਪਹੁੰਚੀਏ ਤਾਂ ਸਾਰੀ ਟੀਮ ਮਦਦ ਕਰਦੀ ਹੈ ਤੁਸੀਂ ਮੰਨੋਗੇ ਕਿ ਤੁਸੀਂ ਜਿਸ ਦਿਨ ਇਹ ਛੱਤ ਦੀ ਵੀਡੀਓ ਪਾਈ ਸੀ ਉਸ ਦਿਨ ਮੈਂ ਆਪਣੇ WhatsApp ਗਰੁੱਪਸ ਦੇ ਵਿੱਚ ਇਹ ਵੀਡੀਓ ਪਾ ਕੇ ਸਪਾਇਆ ਅਸੀਂ ਕੁਝ ਆਸਾਨ ਨਹੀਂ ਕੀਤਾ ਇਹ ਵੀਜ਼ਾ ਇਕੱਠਾ ਹੋਇਆ ਸੀ ਤੇ ਅਸੀਂ ਦੇਣ ਆਏ ਹਰ ਸਿਮਰਨ ਸਿੰਘ ਨੇ ਆਪਣੇ ਕੋਲੋਂ ਨਹੀਂ ਦਿੱਤਾ ਸਾਡੇ ਕੋਲ ਕੁਝ ਨਹੀਂ ਹੈਗਾ ਗੁਰੂ ਸਾਹਿਬ ਨੇ 10-15 ਜਾਨਿਆਂ ਨੂੰ ਕਿਹਾ 500-200 ਹਜ਼ਾਰ ਰੁਪਏ ਪਾਓ ਉਹਨਾਂ ਨੇ ਪਾਏ ਤੇ 20 ਹਜ਼ਾਰ ਇਕੱਠਾ ਹੋਇਆ ਅੱਜ ਜਿਵੇਂ ਇਸ ਗਲੀ ਦੇ ਵਿੱਚ ਇੱਕ ਹੋਰ ਛੱਤ ਹੁਣੇ ਵੇਖੀ ਐ ਭਟਿਆ ਸਾਹਿਬ ਨੇ ਵਿਖਾਈ ਅਸੀਂ ਅਗਲੀ ਉਹਨੂੰ ਦੇਖ ਲੈਣਾ ਕਿ ਅਗਲਾ ਉਹਦਾ ਕੰਮ ਹੋ ਜੇ ਮੈਂ ਨਾਲੇ ਕਵਾਂਗਾ ਇੱਕ ਪਾਸੇ ਸ਼ਹਿਰ ਦੂਜੇ ਪਾਸੇ ਕਬਰਿਸਤਾਨ ਕਬਰਿਸਤਾਨ ਦੇ ਰਾਹ ਵਿੱਚ ਪਈ ਹੋਈ ਹੱਡੀ ਦਾ ਬਿਆਨ ਹੈ ਕਹਿੰਦੀ ਠੋਕਰਾਂ ਨਾਲ ਮਾਰ ਮੈਂ ਵੀ ਇਨਸਾਨ ਆ ਸੋ ਇਹ ਇਨਸਾਨ ਨੇ ਜਿੰਨਾਂ ਕੋਲ ਸਾਨੂੰ ਆਣਾ ਚਾਹੀਦਾ ਵਾ ਮੈਂ ਸਮਾਜ ਸੇ ਵੀ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਮੀਡੀਆ ਦੀਆਂ ਰਿਪੋਰਟਸ ਨੂੰ ਇਗਨੋਰ ਨਾ ਕਰਿਆ ਕਰੋ ਕਿਉਂਕਿ ਜਦੋਂ ਅਸੀਂ ਕਈ ਚੀਜ਼ ਨੂੰ ਚੱਲਣ ਦਿੰਦੇ ਹਾਂ ਇਗਨੋਰ ਕਰਦੇ ਹਾਂ ਕਹਿੰਦੇ ਆ ਕੀ ਯਾਰ ਫਿਰ ਹੈਲਪ ਕਰਨੀ ਪਏਗੀ ਤੁਹਾਡਾ ਸਿਰਫ ਇਹ ਹੁਣ 82000 ਰੁਪਏ ਦੇ ਵਿੱਚ ਹਰ ਸਿਮਰਨ ਸਿੰਘ ਦਾ ਸਿਰਫ 500 ਰੁਪਿਆ ਤੁਸੀਂ ਵੇਖੋ ਕਿ ਮੇਰੇ 500 ਰੁਪਏ ਨਾਲ ਸਿਰਫ ਮੇਰੀ ਆਨ ਦੀ ਐਫਰਟ ਹੋਈ ਨਾ ਸਰਪੰਚ ਸਾਹਿਬ ਆਏ ਇਹਨਾਂ ਦੀ ਟੀਮ ਵੱਲੋਂ 30000 ਰੁਪਏ ਦਿੱਤਾ ਗਿਆ ਇਹਨਾਂ ਨੇ ਵੀ ਵਿੱਚ 5000 2000 ਜਿੰਨਾ ਵੀ ਪਾਇਆ ਹੋਏਗਾ ਪਰ ਐਫਰਟ ਕੀ ਸੀ ਆਪ ਛੱਤੇ ਇਹ ਬਾਹਰ ਖੜੇ ਨੇ ਨਾ ਅੱਜ ਤੇ ਤੁਹਾਨੂੰ ਇਹ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਦੇ ਵੀਰ ਸਾਰੇ ਆ ਗਏ ਨੇ ਪਰ ਜਿਸ ਅਗਨੀ ਜਿਸ ਪੇਨ ਦੇ ਵਿੱਚੋਂ ਇਹ ਲੰਘੇ ਨੇ 21ਵੀਂ ਸਦੀ ਦੇ ਵਿੱਚ ਜੋ ਜੋ ਕਨਸਟੀਟਿਊਸ਼ਨ ਕਹਿੰਦਾ ਕਿ ਤੁਹਾਡੀ ਛੱਤ ਦੀ ਜ਼ਿੰਮੇਵਾਰੀ ਸਰਕਾਰ ਦੀ ਉਦੋਂ ਇਹਨਾਂ ਕੋਲ ਛੱਤ ਨਹੀਂ ਆ ਔਰ ਮੈਂ ਮੈਂ ਇੱਕ ਮੇਰਾ ਰੋਸਾ ਨਾ ਏਰੀਆ ਦੇ ਲੋਕਾਂ ਨਾਲ ਵੀ ਹੁੰਦਾ ਕਿ ਇੰਨੀ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਅੱਜ ਤੇ ਮੀਡੀਆ ਨੇ ਇੱਕ ਹਫ਼ਤਾ ਪਹਿਲੇ ਪਾਈ ਤੇ ਅਸੀਂ ਆ ਗਏ ਪਰ 25 ਸਾਲਾਂ ਤੋਂ ਕੀ ਇਹਨਾਂ ਦੇ ਗਵਾਂਢੀ ਰਿਸ਼ਤੇਦਾਰ ਸਾਰੇ ਜਣੇ ਸੁੱਤੇ ਸੀ ਕੀ ਉਹਨਾਂ ਕੋਲ ਕਦੀ ਐਫਰਟ ਨਹੀਂ ਹੋਈ ਕੀ ਉਹਨਾਂ ਨੇ ਦਿਲ ਨਹੀਂ ਕੀਤਾ ਕਿ ਇੱਕ ਬੁਗਣੀ ਲਾ ਲਈਏ ਜਿਹਦੇ ਵਿੱਚ ਇਸ ਘਰ ਦਾ ਨਾਮ ਲਿਖ ਲਈਏ ਕਿ ਇਸ ਘਰ ਦੇ ਵਿੱਚ ਆਪਾਂ ਇਸ ਘਰ ਦੇ ਲਈ 100-100 ਰੁਪਏ ਪਾਣਾ ਸ਼ੁਰੂ ਕਰ ਦਈਏ ਅਸੀਂ ਤਾਂ ਆਪਣੇ ਬੱਚਿਆਂ ਨੂੰ ਸਿਖਾਣੇ ਆ ਸਕੂਲਾਂ ਦੇ ਵਿੱਚ ਜਾ ਕੇ ਇਹ ਪਾਚਨ ਦਿੰਨੇ ਆ ਕਿਤੇ 10 ਰੁਪਏ ਰੋਜ਼ ਮਿਲਦੇ ਆ ਤਾਂ 2 ਰੁਪਏ ਦਸਵੰਦ ਕੱਢੋ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਐਵੇਂ ਤਾਂ ਨਹੀਂ ਸਾਰੀਆਂ ਉਦਾਸੀਆਂ ਕਰ ਲਈਆਂ ਹਰ ਪਾਸੇ ਨੰਗੀ ਪੈਰੀ ਤੁਰਪੇ ਉਹਨਾਂ ਕੋਲ ਤੇ ਕੱਪੜਾ ਵੀ ਨਹੀਂ ਸੀ ਪੈਸਾ ਨਹੀਂ ਸੀ ਥੇਲਾ ਨਹੀਂ ਸੀ ਪਰ ਜੋ ਉਹਨਾਂ ਨੇ ਦੁਨੀਆਵੀ ਦੁਨੀਆ ਦੇ ਵਿੱਚ ਬਰਕਤ ਕਰਤੀ ਜਿਸ ਕਰਕੇ ਦੁਨੀਆ ਚੱਲ ਰਹੀ ਹੈ ਉਹ ਇਹੀ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਉਹਦੇ ਤਹਿਤ ਜਸ ਸੇਵਾ ਸੁਸਾਇਟੀ ਅੱਜ ਪਹੁੰਚੀ ਆ ਛੋਟੀ ਜੀ ਤੁਛ ਜੀ 20000 ਰੁਪਏ ਦੀ ਸੇਵਾ ਕੀਤੀ ਆ ਜਿਹਦੇ ਨਾਲ ਬੜੀ ਹੈਰਾਨਗੀ ਹੋਈ ਕਿ ਕੱਲੀ ਜਸ ਸੇਵਾ ਨਹੀਂ ਪਹੁੰਚੀ ਤਿੰਨ ਚਾਰ ਹੋਰ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਨਾਲ ਮਿਲ ਕੇ 60000 ਇਕੱਠਾ ਹੋ ਗਿਆ ਤੁਸੀਂ ਵੇਖੋ ਨਾ ਇੱਕ ਕੱਲੀ ਉਂਗਲ ਇੱਕ ਮੁਠੀ ਔਰ ਮੁਠੀ ਦੀ ਪਾਵਰ ਵੇਖ ਲਓ 60000 ਰੁਪਏ ਇਕੱਠਾ ਹੋ ਗਿਆ ਔਰ ਮੈਨੂੰ ਲੱਗਦਾ ਜਿੰਨੀ ਕੋ ਪਾਵਰ ਇੱਥੇ ਸਾਰਿਆਂ 'ਚ ਦਿਖ ਰਹੀ ਹੈ ਠੇਕੇਦਾਰ ਸਾਹਿਬ ਜੀ ਬੰਟੀ ਭਾਜੀ ਸਰਪੰਚ ਸਾਹਿਬ ਇੱਕ ਮਹੀਨੇ ਬਾਅਦ ਅਸੀਂ ਇੱਥੇ ਇਕੱਠੇ ਹੋਵਾਂਗੇ ਉਦੋਂ ਇਹ ਘਰ ਬਹੁਤ ਸੋਨਾ ਬਣਿਆ ਹੋਏਗਾ ਇਹ ਹਰਸਮਰ ਰਵੀਸ ਜੀ ਜੋ ਵੀਡੀਓ 'ਚ ਬਿਆਨ ਕੀਤਾ ਸੀ ਅਸੀਂ ਜਿਹੜੀ ਹਾਲਾਤ ਸੀ ਭੈਣੋਂ ਹੀ ਰੋਂਦੀ ਹੋਈ ਨਜ਼ਰ ਆ ਰਹੀ ਸੀ ਉਹ ਸਹੀ ਸਾਬਤ ਹੋਇਆ ਜੋ ਜੋ ਵੀਡੀਓ 'ਚ ਨਜ਼ਰ ਆ ਰਿਹਾ ਸੀ ਉਹੀ ਹਾਲਾਤ ਨੇ ਜਿਹੜੇ ਬਹੁਤ ਸਾਰੇ ਇਸ ਤਰ੍ਹਾਂ ਦੇ ਕਮੈਂਟਸ ਆ ਰਹੇ ਨੇ ਕਿ ਵੀਡੀਓ ਦੇ ਵਿੱਚ ਹੋਰ ਸੀ ਤਾਂ ਬਾਅਦ ਵਿੱਚ ਹੋਰ ਹਾਲਾਤ ਸੀ ਤੁਸੀਂ ਦੱਸੋ ਜੋ ਹਾਲਾਤ ਸੀ ਉਹੀ ਹੈ ਦੇਖੋ ਜੀ ਮੈਂ ਤੇ ਜਿਹੜਾ ਮੈਸੈਂਜਰਸ ਆਫ ਗੋਡ ਤੁਸੀਂ ਇਹ ਚੀਜ਼ ਸਾਹਮਣੇ ਨਾਲ ਲਿਆਉਂਦੇ ਤੇ ਸਰਪੰਚ ਸਾਹਿਬ ਮੈਨੂੰ ਬਾਡਿਆ ਜੀ ਨੂੰ ਕਿਸੇ ਨੂੰ ਪਤਾ ਨਾ ਲੱਗਦਾ ਔਰ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਅੱਜ ਕੁਦਰਤੀ ਗੁਰੂ ਸਾਹਿਬ ਨੇ ਬਾਰਿਸ਼ ਕਰ ਰਹੇ ਨੇ ਇੱਥੇ ਬਹੁਤ ਤੇਜ਼ ਬਾਰਿਸ਼ ਚ ਆ ਕੇ ਪਤਾ ਲੱਗਾ ਜਦੋਂ ਅੰਦਰ ਗਏ ਤੇ ਬਾਰਿਸ਼ ਸਾਰੀ ਸਿਰ ਦੇ ਉੱਤੇ ਪੈ ਰਹੀ ਹੈ ਔਰ ਛੱਤ ਇਹਨਾਂ ਦੀ ਇਹਨਾਂ ਦੇ ਅੰਦਰ ਛੱਤ ਪਤਾ ਕਿੱਥੇ ਆ ਬਿਲਕੁਲ ਤੁਹਾਡੇ ਸਿਰ ਤੇ ਲੱਗ ਰਹੀ ਹੈ ਬਾਲੇ ਟੁੱਟੇ ਹੋਏ ਨੇ ਬੁਰਾ ਹਾਲ ਹੈ ਇਹ ਚੀਜ਼ਾਂ ਦਾ ਮਤਲਬ ਸੱਚੀ ਆਈ ਲਿਵ ਇਨ ਰਣਜੀਤ ਐਵੇਨਿਊ ਮੈਨੂੰ ਸ਼ਾਇਦ ਨਾ ਪਤਾ ਲੱਗਦਾ ਰੰਜੀਤਾਂ ਨੂੰ ਤੇ ਲੋਕਾਂ ਨੂੰ ਕੀ ਪਤਾ ਲੱਗਣਾ ਇੰਦਰ ਇੰਦਰਾ ਕਲੋਨੀ ਦੇ ਵਿੱਚ ਕਿਸੇ ਨਾਲ ਕੀ ਵਾਪਰ ਰਹੀ ਹੈ ਪਤਾ ਕਿਦਾਂ ਲੱਗਾ ਬਾਡਿਆ ਸਾਹਿਬ ਨੇ ਗੱਲ ਕੀਤੀ ਤੁਹਾਡੇ ਨਾਲ ਕੀਤੀ ਤੁਸੀਂ ਆ ਕੇ ਸਾਰੀ ਦੁਨੀਆ ਨੂੰ ਦੱਸਤਾ ਪਰ ਬੜੀ ਦੁਖ ਲੀ ਗੱਲ ਹੈ ਕਿ ਦੁਨੀਆ ਚੋਂ ਸਿਰਫ 6-4 ਜੱਥੇ ਬੰਦੀਆਂ ਆਈਆਂ ਮੇਰੇ ਹਿਸਾਬ ਨਾਲ 40 ਜਾਣੇ ਇੱਥੇ ਆਓ ਔਰ ਇੱਥੇ ਤਕਰੀਬਨ 40 ਘਰ ਹੋਰ ਨੇ ਉਹਨਾਂ ਦੀ ਮਦਦ ਕੀਤੀ ਜਾਵੇ। ਹਰਸਮਰਦ ਜੀ ਅੱਜ ਰਾਜਨੀਤੀ ਤਾਂ ਨਹੀਂ ਅਸੀਂ ਰਾਜਨੀਤੀ ਦੀ ਗੱਲ ਵੀ ਨਹੀਂ ਕਰਨੀ ਪਰ ਜੇ ਉਹ ਆਉਂਦੇ ਤਾਂ ਉਹਨਾਂ ਨੇ ਫਾਰਮ ਭਰਵਨੇ ਸੀ ਤੇ ਬੜੇ ਲੰਬਾ ਪ੍ਰੋਸੀਜਰ ਚੱਲਣਾ ਸੀ ਤਾਂ ਤੁਸੀਂ ਤਾਂ ਨਹੀਂ ਫਾਰਮ ਭਰਵਾ ਰਹੇ ਇਹਨਾਂ ਦੇ ਕਿਉਂ ਜੀ ਤੁਸੀਂ ਅੱਜ ਤਿਲ ਫੋਲੀ ਦੇ ਰਹੇ ਹੋ ਸੇਵਾ ਫਾਰਮ ਭਰਨ ਦੀ ਸੇਵਾ ਤਾਂ ਨਹੀਂ ਲਾ ਲਈ ਅਸੀਂ ਭਰਿਆ ਫਾਰਮ ਮੇਰਾ ਧੁਰ ਉੱਤੇ ਭਰਿਆ ਗਿਆ ਹੁਣ ਇੱਕ ਫਾਰਮ ਸਰਪੰਚ ਸਾਹਿਬ ਦਾ ਵੀ ਭਰਿਆ ਗਿਆ ਪਾਟਿਆ ਸਾ ਕਰਮਾ ਦੇ ਬੈਗ ਔਰ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਦੇ 20 ਵਾਰੀ ਭਰੇ ਕਿ ਹੁਣੇ ਫਾਰਮ ਪੁੱਛ ਲਿਓ ਪਰ ਬੜੀ ਦੁਖ ਵਾਲੀ ਗੱਲ ਹੈ ਕਿ ਉਹ ਫਾਰਮਾਂ ਨੂੰ ਇੱਕ ਰੱਦੀ ਸਮਝਿਆ ਗਿਆ ਇਹਨਾਂ ਦੀ ਜ਼ਿੰਦਗੀ ਇਹਨਾਂ ਦੇ ਤੁਸੀਂ ਸੋਚੋ ਇਹਨਾਂ ਦੇ ਸੁਪਨੇ ਹੋਣਗੇ ਕਿ ਅਸੀਂ ਫਾਰਮ ਭਰਿਆ ਅਸੀਂ ਕੋਈ ਨਾ ਕੋਈ ਆਊਗਾ ਆਂਦੇ ਵੀ ਰਹੇ ਜਿਵੇਂ ਪਾਰਟੀਆਂ ਸਾਰੇ ਦੱਸਿਆ ਵੋਟਾਂ ਚ ਲਾਈਨਾਂ ਲੱਗ ਜਾਂਦੀਆਂ ਝੰਡੀਆਂ ਸਾਰੇ ਪੂਰੇ ਮੈਂ ਆਪ ਵੇਖਿਆ ਹੋਇਆ ਕਿ ਪੂਰੇ ਏਰੀਆ ਦੇ ਵਿੱਚ ਝੰਡੀਆਂ ਲੱਗੀਆਂ ਹੁੰਦੀਆਂ ਹਰ ਪਾਰਟੀ ਦੀਆਂ ਉਹ ਯਾਰ ਉਹ ਵੇਸਟੇਜ ਆ ਮਨੀ ਹੈ ਉਹਦੇ ਨਾਲ ਉਹ ਇੱਥੇ ਦੁੱਖ ਤਕਲੀਫ ਪੁੱਛੋ ਵੋਟਾਂ ਕੀ ਉਹ ਜਾਣ ਵੀ ਦੇ ਦਣਗੇ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਹੈ ਤਾਂ ਇਹ ਨੇ ਜਸਟਿਸ ਸੇਵਾ ਸੁਸਾਇਟੀ ਤੋਂ ਹਰਸਿੰਦਰ ਜੀ ਜਿਹੜੇ ਕਿ ਬਹੁਤ ਸਾਰੇ ਲੋੜਵੰਦੇ ਪਰਿਵਾਰਾਂ ਤਾਈ ਪਹੁੰਚਦੇ ਨੇ ਜਿੱਥੇ ਵੀ ਇਹਨਾਂ ਨੂੰ ਪਤਾ ਚੱਲਦਾ ਜੇ ਪਰਿਵਾਰ ਨੂੰ ਲੋੜ ਹੈ ਉੱਥੇ ਹਮੇਸ਼ਾ ਹੀ ਰੱਬ ਦਾ ਫਰਿਸ਼ਤਾ ਬਣ ਕੇ ਪਹੁੰਚ ਜਾਂਦੇ ਨੇ ਤਾਂ ਸਰਪੰਚ ਸਾਹਿਬ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਦੇ ਵਿੱਚ ਕਿਉਂਕਿ ਸਰਪੰਚ ਸਾਹਿਬ ਵੀ ਇਸ ਪਰਿਵਾਰ ਦੀ ਮਦਦ ਵਾਸਤੇ ਆਏ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਹਾਲਾਤ ਪਹਿਲਾਂ ਹੁਣ ਵੀ ਦੇਖ ਰਿਹਾ ਹਾਲਾਤ ਬਦ ਤੋਂ ਬਿਹਤਰ ਨਹੀਂ ਤਾਂ ਕਿਵੇਂ ਦੇ ਭੋਨੈਸਲੀ ਸਭ ਤੋਂ ਪਹਿਲੇ ਮੈਂ ਬੋਲਾਂਗਾ ਜੋਬ ਵੈਲ ਡਨ ਮੀਡੀਆ ਮੈਂ ਅਗੇਨ ਬਹੁਤ ਬਹੁਤ ਧੰਨ इश्यू रेज किया और हर घर तक पहुंचा दिया और जो सेंसिटिव लोग थे जैसे जैसे सोसाइटी वाले बहुत अच्छा काम अगेन बहुत अच्छा काम कर रहे हैं दे हैव कम दूसरी बात में जैसे आपने बंटी ने भी बोला कि नो डाउट आई एम ए पॉलिटिशियन ठीक है कि नहीं ये फॉर्म भरवाने वाले बात जो इन्होंने पाजी ने कहा बहुत अच्छी लगी मेरे को देखो हमारा इस टाइम पॉलिटिक्स का कोई इस टाइम सिस्टम नहीं है आई एम नॉट हेयर मेरा कोई वोट नहीं है यहाँ पर कोई पार्टी का सीन नहीं है कोई दिमाग में पार्टी का इस टाइम सिस्टम नहीं है सिर्फ और सिर्फ इनकी हालत देखे दैन्य हालत देखे किचन और टॉयलेट ट्वा, साइड बाई साइड चल रहे हैं इट वॉज़ रियली हार्ड टचिंग मतलब दिल को झंझोड़ने वाला ये दृश्य देखा हमने अगेन मैंने आपको पहले भी बोला कि मैंने डिस्कस किया अपने जो ट्रस्ट में डिस्कस किया उनका भी बहुत ज़्यादा मतलब मूड ख़राब हो गया एंड दे हैव सेंट मी हेयर उन्होंने मेरी ड्यूटी लगा दी आप यहाँ जाइए प्लस इन एडिशन मैंने तो सिर्फ उनको ये बोला था कि हमने उनकी मदद करनी है बिल्डिंग मटेरियल से सो ए प्रपोजल केम वहाँ से एक प्रपोजल आया कि उनका मंथली आप एलेवन हंड्रेड रुपीज़ इनके पैन जी के इसके अकाउंट में डाल दीजिए सो बहुत बढ़िया मानवता की सेवा अगर हमसे अगर हमें परमात्मा ने यह मौका दिया मैं ये समझता हूँ कि हम बहुत ही खुशकस्मत हैं और जहाँ भी हो सकता आपके माध्यम से ਔਰ ਅਬ ਆ ਜਿੰਸੇ ਵੀ ਮੁਲਾਕਾਤ ਹੋ ਗਈ ਡੈਫੀਨਿਟਲੀ ہماری ਕੋਸ਼ਿਸ਼ ਰਹੇਗੀ ਜਹਾਂ ਪੇ ਵੀ ਹੋ ਸਕਦਾ ਜਿੰਨਾ ਵੀ ਹੋ ਸਕਦਾ ਆਪਣਾ ਯੋਗਦਾਨ ਜ਼ਰੂਰ ਡਾਲेंगे। ਤਾਂ ਇਹ ਮਾਨਵਤਾ ਦੀ ਸੇਵਾ ਜਿਹੜੀ ਨੇ ਇਹਨਾਂ ਵੀਰਾਂ ਨੇ ਲੁੱਟੀ ਜ਼ਰੂਰ ਹੈ ਕਿਉਂਕਿ ਇਸ ਇਸ ਭੈਣ ਦੇ ਹਾਲਾਤ ਜਿਹੜੇ ਅਸੀਂ ਵੱਤ ਤੋਂ ਵੱਤਰ ਸੀ ਤਾਂ ਇਹੀ ਭੈਣ ਹੈ ਜਿਹੜੀ ਰੋਂਦੀ ਹੋਈ ਫਰੀਦ ਲਾ ਰਹੀ ਸੀ ਪੈਨੇ ਅੱਜ ਵੀ ਮੀ ਪੈ ਰਿਹਾ ਤੁਸੀਂ ਬਾਹਰ ਸੀ ਤਾਂ ਅੱਜ ਰੱਬ ਦਾ ਫਰਿਸ਼ਤਾ ਬਣ ਕੇ ਪਹੁੰਚੇ ਹੋਏ ਨੇ ਇਸ ਮਾਸੇ ਵੀਰ ਕਿਵੇਂ ਦੇ ਹਾਂਜੀ ਅੱਜ ਮੈਂ ਖੁਸ਼ ਹਾਂ ਕਿ ਅੱਜ ਮੇਰੇ ਵੀਰ ਆ ਗਏ ਐ ਤੇ ਮੈਨੂੰ ਸਾਰਾ ਦੇਨ ਵਾਸਤੇ ਆਗੇ ਨੇ ਤੇ ਬਹੁਤਾ ਤੁਹਾਡਾ ਕਰਦੀਆਂ ਕਿ ਤੁਸੀਂ ਆਏ ਸੀ ਉਦੋਂ ਵੀਡੀਓ ਬਣਾ ਕੇ ਲੈ ਕੇ ਗਏ ਇਹਨਾਂ ਤੱਕ ਪਹੁੰਚਾਇਆ ਤੁਸੀਂ ਤੇ ਉਹ ਸਾਡੇ ਘਰ ਆਏ ਉਹ ਤੇ ਵਿਚਾਰੇ ਛੱਤ ਤੇ ਚੜ ਗਏ ਕਿ ਵਾਕੇ ਭੈਣ ਤੁਹਾਡੀ ਛੱਤ ਮਾੜੀ ਆ ਤੇ ਮੈਨੂੰ ਬੜਾ ਇਹਨਾਂ ਤੇ ਮਾਣ ਆ ਕਿ ਚਲੋ ਮੇਰੇ ਘਰ ਆਏ ਨੇ ਤੇ ਮੇਰਾ ਸਾਰਾ ਬਣੇ ਨੇ ਤੇ ਮੈਂ ਸ਼ੀਦਾਲੇ ਬਾਬਾਈ ਤੇ ਉਦੋਂ ਨਹੀਂ ਗਈ ਸੀ ਜਦਣ ਇਹ ਆ ਤੁਸੀਂ ਆਏ ਸੀ ਤੇ ਉਦੋਂ ਮੈਂ ਸ਼ੀਦਾਲੇ ਬਾਬਾਈ ਨੂੰ ਕਹਿ ਗਈ ਮੈਂ ਬਾਬਾਈ ਜਦ ਤੱਕ ਮੇਰਾ ਘਰ ਨਾ ਬਣਿਆ ਮੈਂ ਨਹੀਂ ਦੁਬਾਰਾ ਮੱਥਾ ਟੇਕਣ ਆਣਾ ਸ਼ੀਦਾਲੇ ਬਾਬਾਈ ਨੇ ਤੁਹਾਡੇ ਵਿੱਚ ਆਣ ਕੇ ਤੇ ਮੇਰੀ ਗੱਦ ਸੁਣ ਲਈ ਉਸ ਦਿਨ ਤੁਸੀਂ ਬੋਰੇ ਰੱਬ ਨਾਲ ਨਾਰਾਜ਼ਗੀ ਹੈ ਤੁਹਾਡੀ ਤੇ ਰੱਬ ਦੇ ਜਿਹੜਾ ਦਵਾਰੇ ਆਂ ਦੇਰ ਜ਼ਰੂਰ ਆਂ ਦੇਰ ਨਹੀਂ ਹੁੰਦੀ ਉਹ ਹਰ ਦਿਸ ਹੁੰਦਾ ਹੈ ਚਾਹੇ ਜਿਹੜਾ ਵੀ ਇਨਸਾਨ ਧਰਤੀ ਤੇ ਭੇਜਿਆ ਉਹਦੀ ਸੁਣਾਈ ਸੁਣਵਾਈ ਜ਼ਰੂਰ ਹੁੰਦੀ ਹੈ ਤੇ ਅੱਜ ਵੀ ਰੱਬ ਨੇ ਤੁਹਾਡੀ ਸੁਣਵਾਈ ਕੀਤੀ ਹੈ ਹਾਂਜੀ ਅੱਜ ਉਹਨੇ ਰੱਬ ਨੇ ਭੇਜਿਆ ਤੁਹਾਨੂੰ ਉਸ ਦਿਨ ਵੀ ਰੱਬ ਨੇ ਭੇਜਿਆ ਸੀ ਕਿ ਬਾਬਾਈ ਕਹਿੰਦੇ ਹੋਣੇ ਆ ਕਿ ਅੱਜ ਅੱਜ ਹੋ ਕੇ ਗਈ ਹੈ ਤੇ ਰੋਂੜੀ ਹੀ ਇੱਥੇ ਅਰਦਾਸ ਕਰਕੇ ਗਈ ਹੈ ਤੇ ਤੁਸੀਂ ਜਾਓ ਤੁਹਾਡੇ ਵਿਚਵਾੜ ਕੇ ਤੇ ਉਹ ਆ ਗਏ ਨੇ ਤੇ ਤੁਸੀਂ ਮੇਰੀ ਮਤ ਕਰਨਾ ਆਗੇ ਸਰਪੰਚ ਸਾਹਿਬ ਭਾਜੀ ਵੀ ਆ ਗਏ ਤੁਸੀਂ ਉਹਨਾਂ ਤੱਕ ਪਹੁੰਚਾਇਆ ਕਿ ਭੈਣ ਦੀ ਹਾਲਤ ਵੇਖੋ ਤੇ ਸਰਪੰਚ ਸਾਹਿ ਦੇ ਨਾਲ ਇਹੋ ਭਾਜੀ ਤੇ ਇਸ ਕਰਕੇ ਉਹਨਾਂ ਨੇ ਮੇਰੀ ਬੜੀ ਮੱਤ ਕਰਾਂਡੇ ਨੇ ਤੇ ਮੈਂ ਕਹਿੰਨੀ ਇਹਨਾਂ ਦੀ ਮਾਲਕ ਵਡੀਆਂ-ਵਡੀਆਂ ਉਮਰਾਂ ਕਰੇ ਇਹਨਾਂ ਨੂੰ ਮਾਲਕ ਤਰੱਕੀਆਂ ਦੇਵੇ ਤੇ ਤੁਹਾਨੂੰ ਵੀ ਪਰਮਾਤਮਾ ਵਡੀਆਂ-ਵਡੀਆਂ ਉਮਰਾਂ ਕਰੇ ਤੁਹਾਡੀਆਂ ਵੀ ਤਰੱਕੀਆਂ ਕਰਨ ਦੋਨਾਂ ਭਾਜੀ ਦੀਆਂ ਉਹ ਦੂਸਰੇ ਭਾਜੀ ਜਿਹੜੇ ਆਏ ਸੀ ਉਦੋਂ ਵੀਡੀਓ ਬਣਾਣਾ ਤੁਸੀਂ ਵੀ ਆਏ ਸੀ ਨਾਲੀ ਤੇ ਬੰਟੀ ਭਾਜੀ ਆਏ ਸੀ ਉਹ ਤਾਂ ਖੁਦ ਵੇਖ ਕੇ ਗਏ ਸੀ ਇੱਕ ਦਿਨ ਮੀਂਹ ਵਰਦੇ ਚ ਤੇ ਭਾਜੀ ਕਹਿੰਦੇ ਅੰਦਰ ਜਾਓ ਅਸੀਂ ਕਿਹਾ ਅੰਦਰ ਕਿੱਥੇ ਜਾਈਏ ਅਸੀਂ ਹੱਸ ਲੱਗੇ ਮਖੌਲ ਕਰਨ ਲੱਗੇ ਤੇ ਭਾਜੀ ਕਹਿੰਦੇ ਕੀ ਗੱਲ ਮੈਂ ਭਾਜੀ ਅੰਦਰ ਵੀ ਉਤਰਾਂ ਦਾ ਬਾਹਰ ਵੀ ਉਤਰਾਂ ਦਾ ਤੇ ਫਿਰ ਜਾਣਾ ਹੀ ਕਿੱਥੇ ਆਈ ਇੱਥੇ ਖਲੋਤੇ ਆ ਕਿ ਥੋੜਾ ਬਤਾ ਮੰਦਰ ਦਾ ਉਹ ਹੈਗੀ ਥੋੜੀ ਜੀ ਉਹਦੇ ਥੱਲੇ ਖਲੋਤੇ ਵੀ ਥੋੜਾ ਹਟ ਜੇ ਫਿਰ ਅੰਦਰ ਜਾਵਾਂਗੇ। ਨਹੀਂ ਮਰੀ ਉਸ ਦਿਨ ਤੁਸੀਂ ਵੀ ਬੋਲ ਰਹੇ ਸੀ ਕਿ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨਹੀਂ ਫੜੀ ਤੁਹਾਡੀ ਤੇ ਪਰ ਅੱਜ ਇਹ ਵੀਰ ਜਿਹੜੇ ਨੇ ਭੈਣ ਭਰਾਵਾਂ ਤੋਂ ਵੱਧ ਕੇ ਹੋ ਜਿਹੜੇ ਨੇ ਜਿਹਨਾਂ ਨੇ ਬਾਹ ਵੀ ਫੜ ਤੇ ਵੀਰ ਬਣ ਕੇ ਤੇ ਮੇਰੀ ਬਾਹ ਫੜਨ ਆਏ ਨੇ ਬਾਕੀ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਨਹੀਂ ਹੈਗਾ ਭੈਣ ਭਰਾ ਨੂੰ ਮੈਂ ਕੀ ਕਰਨਾ ਜਦੋਂ ਮੇਰੇ ਔਖੇ ਵੇਲੇ ਕੰਮ ਨਹੀਂ ਆਏ ਇਹੀ ਭੈਣ ਭਰਾ ਨੇ ਸੱਕਿਆਂ ਦੇ ਸਾੱਕ ਨਹੀਂ ਲਾਣੇ ਭੈਣ ਭਰਾ ਉਹ ਹੀ ਜਿਹੜਾ ਟਾਈਮ ਤੇ ਆਵੇ ਇਹ ਮੇਰੇ ਇਹ ਮੇਰੇ ਦਿਲੋਂ ਪਿਆਰ ਕਰਦੇ ਨੇ ਭੈਣ ਨੂੰ ਤੇ ਤਾਂ ਹੀ ਮੇਰੇ ਘਰ ਆਏ ਨੇ ਜਿਹੜੇ ਹਿੰਮਤ ਹਾਰ ਜਾਂਦੇ ਨੇ ਰੱਬ ਨੂੰ ਤਾਨੇ ਮੇਨੇ ਮਾਰ ਲੈਂਦੇ ਨੇ ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਹੁੰਦਾ ਸਮਝਦਾ ਸਮਝ ਆਈ ਜੇ ਸੁਣਵਾਈ ਜ਼ਰੂਰ ਹੋ ਜਾਂਦੀ ਹੈ ਹਾਂਜੀ ਹੁਣ ਮੈਂ ਹੁਣ ਮੈਂ ਸਿਆਣੀ ਬਣ ਗਈ ਆ ਕਿ ਚਲੋ ਰੱਬ ਕਦੇ ਨਾ ਕਦੇ ਸੁਣਦਾ ਹੀ ਹੈ ਤੇ ਰੱਬ ਨੇ ਮੇਰੀ ਸੁਣ ਲਈ ਹਾਂਜੀ ਅਜੇ ਕਨੇਕਾ ਪਰਮਾਤਮਾ ਅੱਜ ਤਰਾ ਇਹ ਸਾਡਾ ਸਾਥ ਦੇਣ ਦੇ ਨੇ ਤੇ ਪਰਮਾਤਮਾ ਉਹਨਾਂ ਦਾ ਵੀ ਸਾਥ ਦੇਣ ਤੇ ਬਸ ਠੀਕ ਹੈ ਹਾਂਜੀ ਇਹ ਉਹੀ ਪਰਿਵਾਰ ਹੈ ਉਹੀ ਭੈਣਾਂ ਜਿਹਦੇ ਹਾਲਾਤ ਬਦ ਤੋਂ ਬਦਤਰ ਸੀ ਪਰ ਉਮੀਦ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਇਹ ਜਿੱਥੇ ਰਹਿ ਰਹੀ ਹੈ ਭੈਣ ਇਹਦਾ ਮਹਿਲ ਬਣ ਜਾਣਾ ਕਿਉਂਕਿ ਇਹਨਾਂ ਲਈ ਵਾਸਤੇ ਉਹ ਮਹਿਲ ਦੇ ਬਰਾਬਰ ਹੀ ਹੋਣਾ ਹੈ ਤਾਂ ਜਿਸ ਵੀਰ ਨੇ ਸਾਨੂੰ ਇਸ ਪਰਿਵਾਰ ਤਾਂ ਹੀ ਮਿਲਾਇਆ ਸਭ ਤੋਂ ਵੱਡਾ ਰੋਲ ਉਸ ਦਾ ਹੈ ਉਪਰਾਲਾ ਉਸ ਦਾ ਹੈ ਤਲਵਿੰਦਰ ਸਿੰਘ ਬੰਟੀ ਪਾੜੀਆ ਜੀ ਜਿਹੜੇ ਸਮਾਜ ਸੇਵੀ ਵੀ ਨੇ ਅਤੇ ਉਹਨਾਂ ਦਾ ਹੀ ਬਹੁਤ ਵੱਡਾ ਰੋਲ ਐ ਇਸ ਪਰਿਵਾਰ ਦਾ ਹੀ ਸਾਨੂੰ ਪਹੁੰਚਾਉਣ ਦੇ ਲਈ ਸਾਡੀ ਵੀਡੀਓ ਚੱਲੀ ਤਾਂ ਫਿਰ ਸਮਸੇਵੀ ਵੀਰਾਂ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਬਾੜੀਆ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡਾ ਧਰਮਵੀਰ ਜੀ ਧੰਨਵਾਦ ਤੁਹਾਡੇ ਚੈਨਲ ਦਾ ਤੇ ਧੰਨਵਾਦੀ ਦੂਜੇ ਚੈਨਲ ਵਾਲੇ ਵੀਰਾਂ ਦਾ ਵੀ ਜਿਨ੍ਹਾਂ ਨੇ ਇੱਥੇ ਆ ਕੇ ਜਿਹੜੀ ਵੀਡੀਓ ਕੀਤੀ ਮੈਂ ਤੇ ਇੱਕ ਗੱਲ ਜਾਨਣਾ ਵੀ ਇੱਕ ਰੱਬ ਦੇ ਗਿਆ ਤੇ ਦੂਜਾ ਰੱਬ ਲੈ ਗਿਆ ਇਹ ਰੱਬਾਂ ਨੇ ਦਿੱਤਾ ਤੇ ਉਹ ਰੱਬ ਨੇ ਲੈ ਲਿਆ ਮੈਂ ਕਹਿੰਦਾ ਇਹਦੀ ਛੱਤ ਪੈ ਗਈ ਇਹਦੇ ਨਾਲ ਦੀ ਖੁਸ਼ੀ ਕੋਈ ਨਹੀਂ ਇਹਦੇ ਨਾਲ ਦਾ ਚਾਹ ਕੋਈ ਨਹੀਂ ਇਹਦੇ ਨਾਲ ਦਾ ਮਹਾਰ ਕੋਈ ਨਹੀਂ ਹੈਗਾ ਸਾਨੂੰ ਬਹੁਤ ਬਹੁਤ ਧੰਨਵਾਦਾਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਕੰਮ ਕੀਤਾ ਪਰ ਮੈਨੂੰ ਇੱਕ ਗੱਲ ਦੀ ਹੋਰ ਬੜੀ ਖੁਸ਼ੀ ਹੈ ਜੀ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਅੱਜ ਮੇਰੀ ਭੈਣ ਦੇ ਚਿਹਰੇ ਤੇ ਰੌਣਕ ਵੇਖੋ ਕਹਿਓ ਜੀ ਇਹ ਕੈਮਰਾ ਵਾਲੇ ਵੀਰ ਨੂੰ ਮੈਂ ਕਹਾਂਗਾ ਬਈ ਇੱਧਰ ਜ਼ਰੂਰ ਇਹਦੇ ਨਾਲ ਦੇਖੋ ਜਿੱਦਣ ਇਹਦੇ ਅਥਰੂ ਵੇਖਣ ਦੇ ਸੀ ਨਾ ਉਸ ਦਿਨ ਵੀ ਇਹ ਸਰਪੰਚ ਸਾਹਿਬ ਨੇ ਪਰਧਾਨ ਜੀ ਨੇ ਮੇਰੇ ਵੀਰ ਜਗਜੀਤ ਨੇ ਵੀਡੀਓ ਦੇਖੀ ਸੀ ਪਰ ਅੱਜ ਹਾਸਾ ਵੇਖੋ ਇਹ ਭੈਣ ਦੇ ਚਿਹਰੇ ਤੇ ਕਿੰਨਾ ਹਾਸਾ ਇਹ ਸੇਵਾ ਕੁਛ ਨਹੀਂ ਹੈਗੀ ਸੇਵਾ ਬਹੁਤ ਥੋੜੀ ਹੈ ਪਰ ਮੈਂ ਕਹਿੰਦਾ ਚਲੋ ਵਿਚਾਰਦੀ ਦੀ ਛੱਤ ਬਹਿ ਜਾਏਗੀ ਤੇ ਗੁਰੂ ਰਾਨ ਦਾਸ ਇਹਨਾਂ ਦੀ ਜ਼ਿੰਦਗੀ ਬਖਸ਼ ਦੇਗਾ ਤੇ ਮੈਨੂੰ ਇਸੇ ਕਰਦਾ ਚਾਹ ਹੈ ਮੈਂ ਬਹੁਤ ਬਹੁਤ ਧੰਨਵਾਦਾਂ ਸਾਰੇ ਵੀਰਾਂ ਦਾ ਤੁਹਾਡੇ ਪੱਤਰਕਾਰਾਂ ਦਾ ਤੇ ਸਾਰੇ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਭਾਈ ਜੀ ਸ਼ੁਰੂਆਤ ਤੁਹਾਡੇ ਤੋਂ ਹੋਣੀ ਚਾਹੀਦੀ ਹੈ ਜਿਉਂ ਪੈਸਿਆਂ ਦੇ ਜੋ ਤੁਸੀਂ ਲੈ ਜੇ ਸਭ ਤੋਂ ਪਹਿਲਾਂ ਮਦਦ ਦੀ ਲੋੜ ਪੈ ਗਈ ਤਾਂ ਮੈਂ ਮਦਦ ਵਾਸਤੇ ਹਾਜ਼ਰ ਹੋਵਾਂਗਾ ਅੱਜ ਵੀ ਚਾਹੇ ਭਰਾ ਸਾਡੇ ਪਹੁੰਚੇ ਹੋਏ ਨੇ ਪਰ ਮੈਂ ਅੱਜ ਚੈਨਲ ਦੇ ਮਾਧਿਅਮ ਨਾਲ ਜਣਾ ਚਾਹੁੰਦਾ ਜੋ ਚੈਨਲ ਦੇ ਦਾਵਾ ਕੀਤਾ ਸੀ ਤੁਸੀਂ ਅੱਜ ਸ਼ੁਰੂਆਤ ਭੈਣ ਨੂੰ ਉਹੀ ਪੈਸੇ ਤੁਸੀਂ ਆਪਣੇ ਹੱਥੀ ਦੇ ਦਿਓ ਤਾਂ ਪਤਾ ਚੱਲੇ ਜਨਤਾ ਨੂੰ ਪਤਾ ਚੱਲਣਾ ਚਾਹੀਦਾ ਇਹ ਸਮਾਜ ਸੇਵੀ ਰਵਾਚਿਆ ਰੱਬ ਦਾ ਰੂਪ ਨੇ ਲਓ ਜਨਾਬ ਆ ਮੈਨੂੰ ਇੱਕ 20000 ਰੁਪਏ ਦਾ ਚੈੱਕ ਆਇਆ ਵੀਰ ਦਾ ਹੁਣੇ ਜਸ ਸੇਵਾ ਸੁਸਾਇਟੀ ਤੋਂ ਇਹ ਵੀ ਭੈਣ ਕੋਲੇ ਮੈਂ ਕਿਉਂਕਿ ਉਹ ਵੀਰ ਨੇ ਚੈੱਕ ਮੇਰੇ ਨਾਂ ਦਾ ਕੱਟਿਆ ਵੀ ਤੁਸੀਂ ਆਪਣੇ ਹੱਥੀ ਪੈਸੇ ਲਵਾਇਓ ਤੇ ਇਹ 5000 ਰੁਪਏ ਜਿਹੜਾ ਮੈਂ ਆਪਣੇ ਵੱਲੋਂ ਜਿਹੜਾ ਦੇ ਰਿਆਂ ਆ ਭੈਣ ਨੂੰ ਫੜਾ ਰਿਆਂ 5000 ਰੁਪਏ ਮੇਰੇ ਵੀਰ ਨੇ ਜਗਜੀਤ ਸਿੰਘ ਰਾਣੇ ਕਿਹਾ ਸੀ ਉਹਨਾਂ ਵੀ ਦਿੱਤਾ ਸਰਪੰਚ ਸਾਹਿਬ ਨੇ 30000 ਦਾ ਮਟੀਰੀਅਲ ਕਹਤਾ ਮੇਰੇ ਹਿਸਾਬ ਨਾਲ ਤੇ ਗੁਰੂ ਰਾਮਦਾਸ ਕਿਰਪਾ ਕਰੇ ਸਾਰਾ ਇਹਨਾਂ ਦਾ ਕੰਮ ਹੋ ਜਾਏਗਾ ਪਰ ਜੇ ਕੋਈ ਥੁੜੇਗਾ ਤੇ ਫਿਰ ਵੀ ਆਪਾਂ ਸਾਰੇ ਭਰਾ ਆਪਾਂ ਬੈਠੇ ਹਰਲ ਕੇ ਆਪਾਂ ਜੇ ਕੋ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਹਜ਼ਾਰ ਹੋਰ ਬੈਗਾ ਤੇ ਆਪਾਂ ਉਹ ਵੀ ਪਾ ਲਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਤਾਂ ਇਹ ਉਹ ਰੱਬ ਰੂਪੀ ਵੀਰ ਨੇ ਜਿਹੜੇ ਇਸ ਪਰਿਵਾਰ ਤਾਂ ਹੀ ਪਹੁੰਚੇ ਹੋਏ ਨੇ ਕਿਉਂਕਿ ਬਹੁਤ ਸਾਰੇ ਭੈਣ ਨੇ ਅਪੀਲਾਂ ਲਾਈਆਂ ਸੀ ਫਰਿਆਦਾ ਲਾਈਆਂ ਸੀ ਤਾਂ ਉਹਨਾਂ ਦੀ ਫਰਿਆਦ ਸੁਣਨ ਤੋਂ ਬਾਅਦ ਇਹ ਜਿਹੜੇ ਰੱਬ ਰੂਪੀ ਵੀਰ ਨੇ ਜ਼ਰੂਰ ਇੱਥੇ ਪਹੁੰਚੇ ਨੇ ਤਾਂ ਇਹ ਵੀਰ ਦਾ ਵੀ ਵੱਡਾ ਰੋਲ ਹੈ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਵੰਟੀਪਾਜ਼ ਯਾਰ ਪਾਰਟਿਆ ਸਾਹਮਣੇ ਵੀਡੀਓ ਪਾਈ ਸੀ ਤੋ ਮੈਂ ਜਦੋਂ ਦੇਖਿਆ ਤੇ ਮੈਂ ਆ ਯਾਰ ਹਾਲਾਤ ਬਹੁਤ ਮਾੜੇ ਨੇ ਘਰ ਦੇ ਤੋ ਕਿਸ ਤਰ੍ਹਾਂ ਭੈਣ ਨੂੰ ਨੀ ਗੁਜ਼ਾਰਾ ਕਰਦੇ ਹੋਣਗੇ ਮੈਂ ਬਹੁਤ ਬੈਕ ਕਾਲ ਕਰਕੇ ਭਾਜੀ ਨੂੰ ਪੁੱਛਾਵਾਂ ਭਾਜੀ ਕੀ ਚਰਚਾ ਹੈ ਕਿਥੋਂ ਦੀ ਵੀਡੀਓ ਭਾਜੀ ਕਹਿੰਦਾ ਇੰਦਰਾ ਕਲੋਨੀ ਦੀ ਆ ਮੈਂ ਯਾਰ ਫਿਰ ਆਪਾਂ ਨੂੰ ਕੁਝ ਕਰਨਾ ਚਾਹੀਦਾ ਸਾਰਿਆਂ ਨੂੰ ਮਿਲ ਕੇ ਮੈਂ ਚਲੋ ਮੈਂ ਵੀ ਤੁਹਾਡੇ ਨਾਲ ਆ ਮੇਰੇ ਕੋ ਜੋ ਵੀ ਵੱਤ ਤੋਂ ਵੱਤ ਸੇਵਾ ਹੋਏਗੀ ਮੈਂ ਨਾਲ ਕਰਾਂਗਾ ਤੇ ਆਪਾਂ ਸਾਰੇ ਜਣੇ ਰਲ ਕੇ ਤੇ ਭੈਣ ਦਾ ਘਰ ਬਣਾ ਕੇ ਦੇਈਏ ਤੋ ਮੇਰੇ ਬੜੇ ਸਤਿਕਾਰਯੋਗ ਨੇ ਬੰਟੀ ਭਾਜੀ ਜੋ ਵੀ ਇਹ ਕਹਿਣਗੇ ਆਪਾਂ ਇਹਨਾਂ ਦੇ ਨਾਲ ਖੜੇ ਆਂ ਔਰ ਜੋ ਵੀ ਹੋਏਗਾ ਗੁਰੂ ਰਾਮਦਾਸ ਜੀ ਵਧੀਆ ਕਰਨਗੇ ਸਾਰਾ ਕੁਝ ਤੇ ਭੈਣ ਜੀ ਦਾ ਘਰ ਜਿਹੜਾ ਵਧੀਆ ਬਣਾ ਕੇ ਦੇਵਾਂਗੇ ਜੇ ਕਿਹਨੂੰ ਵਿਸ਼ਵਾਸ ਹੁੰਦਾ ਪਰਮਾਤਮਾ ਤੇ ਤੇ ਪਰਮਾਤਮਾ ਜਰੂਰ ਉੱਥੇ ਹਾਜ਼ਰ ਨਾਜ਼ਰ ਹੋ ਕੇ ਤੇ ਸੇਵਾ ਜਿਹੜੀ ਉਹ ਕਰਾਂਦਾ ਤੇ ਧੰਨਵਾਦ ਸਾਰਿਆਂ ਨੂੰ ਇਹੋ ਹੀ ਪਰਿਵਾਰ ਨੇ ਜਿਨ੍ਹਾਂ ਦੀ ਮਦਦ ਵਾਸਤੇ ਅੱਜ ਜਿਹੜੇ ਵੀਰ ਪਹੁੰਚੇ ਹੋਏ ਨੇ ਤਾਂ ਰੱਬ ਦਾ ਜਿਹੜਾ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਭਰੋਸਾ ਟੁੱਟਦਾ ਨਹੀਂ ਹੈ ਜੇ ਰੱਬ ਦੇ ਭਰੋਸਾ ਹੋਵੇ ਤਾਂ ਤਾਂ ਸੁਣਵਾਈ ਜ਼ਰੂਰ ਹੁੰਦੀ ਹੈ ਉਸ ਰੱਬ ਦੇ ਦਵਾਰੇ ਦੇ ਜਿਵੇਂ ਜਿਵੇਂ ਦੇਰ ਜ਼ਰੂਰ ਹੋ ਜਾਂਦੀ ਹੈ ਪਰ ਅੰਦੇਰ ਨਹੀਂ ਹੁੰਦਾ ਤੇ ਇਸ ਇਸ ਭੈਣ ਦੀ ਸੁਣਵਾਈ ਵਾਸਤੇ ਵੀ ਰੱਬ ਰੂਪੀ ਜਿਹੜੇ ਵੀਰ ਨੇ ਇੱਥੇ ਪਹੁੰਚੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਟੁੱਟਿਆ ਹੋਇਆ ਢਟਾਰਾ ਨਜ਼ਰ ਆ ਰਿਹਾ ਸੀ ਪਰ ਇੱਥੇ ਜਿਹੜਾ ਸੁਪਨਿਆਂ ਦਾ ਮਹਿਲ ਬਣਨ ਜਾ ਰਿਹਾ ਇਸ ਭੈਣ ਦਾ ਸੋ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜੀ ਹੋਰ ਵੀ ਬਹੁਤ ਸਾਰੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਮਦਦ ਵਾਸਤੇ ਵੀ ਤੁਸੀਂ ਜ਼ਰੂਰ ਹਾਜ਼ਰੀ ਲਵਾਉਂਦੇ ਰਹੋ ਜੀ ਮੇਨੂੰ ਦਿ